बिस्मिल्लाहिर्रहमानिर्रहीम अस्सलाम अलकिन नादरीन और सामे बढ़ते हैं एक और वॉइस मैसेज की जानब देखते हैं ये हमारे हैं तो बुरे वाला से ही अपने इमरान ही होंगे इमरान हैं बुरे वाला और वही अभी ये कोई नई तो नया प्रॉब्लम तो नहीं ले आए वो देख देखते हैं पहले कुतिया का था उसके बाद भैंस का इन्होंने कहा मुंह सड़ी बन रही है और अभी देखते हैं कि क्या है वो भी ए देख लेते हैं इनका क्या है, है दस दु तो मैं कलाकालस करवा दीजा दस रहा हां चलो लोग फायदा हो जाएगा ਤੁਹਾਡਾ ਤੇ ਨਹੀਂ ਫਾਇਦਾ ਹੋਣਾ ਹੋਣਾ ਨੂੰ ਮੈਂ ਦੇਸੀ ਵੀ ਦੱਸ ਦਿੱਤਾ ਕਿ ਕੀ ਕੀ ਇਹ ਜਿਹੜੀ ਮੂੰਹ ਸੜੀ ਦਾ ਇਲਾਜ ਹੁੰਦਾ ਮੇਰੀ ਜਾਨ ਛਿੱਟੀਆਂ ਆਉਣ ਤੇ ਕਦੀ ਵੀ ਜਿਹੜਾ ਹੁੰਦਾ ਉਹ ਕਦੀ ਵੀ ਇਹ ਛੋਟੇ ਛੋਟੇ ਇੱਧਰ ਉੱਧਰ ਦੇ ਅਟਕਲ ਪਚੂ ਨਾ ਲੈਣਾ ਐਂਟੀਬਾਇਓਟਿਕ ਦਾ ਸਿੱਧਾ ਸਿੱਧਾ ਕੋਰਸ ਕਰਾਓ ਐਮਪੀ ਕਲੌਕਸ ਮੈਂ ਇਸ ਵਾਸਤੇ ਦੇ ਰਿਹਾ ਕਿ ਬੜਾ ਸੇਫ ਹੈ ਨਾ ਵੇ ਤੇ ਐਲਮਾਕਸ ਲੈ ਉਹ ਲੈ ਲੋ ਜਿਹੜੇ ਇੰਡੀਆ ਵਾਲੇ ਮੇਰੇ ਪ੍ਰੋਗਰਾਮ ਸੁਣ ਰਹੇ ਨੇ ਔਰ ਸਿੱਖ ਸੁਣ ਰਹੇ ਨੇ ਉਹਨਾਂ ਸਾਰੇ ਸਿਕਾਂ ਪਾਈਆਂ ਨੂੰ ਮੈਂ ਪਹਿਲਾਂ ਸਤਿ ਸ੍ਰੀ ਅਕਾਲ ਕਹਿਣਾ ਔਰ ਦੂਸਰਾ ਇਹ ਕਿ ਉਹਨਾਂ ਨੂੰ ਇਹ ਆਹਣਾ ਕਿ ਤੁਸੀਂ ਤੁਹਾਡੇ ਕੋਲ ਕੋਬੈਕਟਨ 2.5% ਹੈ ਕੋਬੈਕਟਨ ਉਹਦਾ ਇਸਤੇਮਾਲ ਕਰੋ 100 ਐਮਐਲ ਦਾ ਜਿਹੜੇ ਪਾਕਿਸਤਾਨ ਵਾਲੇ ਨੇ ਉਹਨਾਂ ਸਾਰਿਆਂ ਨੂੰ ਮੈਂ ਕਹਾਂਗਾ ਕਿ ਐਂਪੀ ਕਲੌਕਸ ਜਾਂ ਐਲਮੌਕਸ ਲੈ ਇਹਨਾਂ ਚ ਕੋਈ ਸ਼ੈ ਤੁਹਾਨੂੰ ਲੱਗ ਜੇ 100 ਐਮਐਲ ਦਾ ਉਹ ਲੈ ਲਓ 40 ਸੀਸੀ ਪਹਿਲੇ ਦਿਨ ਦੂਸਰੇ ਦਿਨ 30 ਸੀਸੀ ਤੀਸਰੇ ਦਿਨ 30 ਸੀਸੀ ਇਹ ਇਹਨੂੰ ਮੱਜ ਨੂੰ ਲਾ ਦਿਓ ਜਿਹੜੇ ਗਰਦਨ ਦੀ ਇੱਕ ਸਾਈਡ ਜਾਂ ਦੂਜੀ ਮੱਜਾਂ ਦੇ ਇਲਾਵਾ ਅਗਰ ਗਾਵਾਂ ਦੇ ਵਿੱਚ ਇਸ ਤਰ੍ਹਾਂ ਪਿਕਾਂ ਆਉਂਦੀਆਂ ਹੋਣ ਛਿਟਾਂ ਆਉਂਦੀਆਂ ਹੋਣ ਤੇ ਇਹਨੂੰ ਜਿਹੜਾ ਉਹ ਫੌਰਨ ਇਹ ਐਂਟੀਬਾਇਓਟਿਕਸ ਦਾ ਕੋਰਸ ਕਰਾ ਦਿਓ ਲੇਕਿਨ ਇਹ ਕੋਰਸ ਕਰਾਉਂਦਿਆਂ ਯਾਦ ਰੱਖੋ ਦੁੱਧ ਇਹ ਸੁਕਾ ਜਾਂਦੀਆਂ ਨੇ ਦੁੱਧ ਸੜ ਜਾਂਦਾ ਹੈ ਇਸ ਵਾਸਤੇ ਮੈਂ ਕੀ ਕਹਿਣਾ ਹਮੇਸ਼ਾ ਕਹਿਣਾ ਕਿ 2 ਲੀਟਰ ਦੁੱਧ ਲੈ ਕੇ ਉਹਦੇ ਚ ਇੱਕ ਪਾ ਦੇਸੀ ਥੋਮ ਇੱਕ ਅੱਧ ਪਾ ਸਫੈਦ ਜ਼ੀਰਾ ਤੇ ਨਾਲ ਇੱਕ ਛਟਾਕ ਮਿੱਠਾ ਸੋਡਾ ਇਹ ਖੀਰ ਬਣਾ ਕੇ 6 ਤੋਂ 7 ਦਿਨ ਇਹ ਜ਼ਰੂਰ ਦਿਓ ਕਦੀ ਦੁੱਧ ਨਾ ਹੋ ਸੁਕਾਏਗੀ ਨਾ ਹੋ ਕਟ ਕਰੇਗੀ ਔਰ ਜਿੰਨੇ ਵੀ ਮੇਰਾ ਪ੍ਰੋਗਰਾਮ ਦੇਖ ਰਹੇ ਨੇ ਸੁਣ ਰਹੇ ਨੇ ਪਲੀਜ਼ ਉਹਨਾਂ ਨੂੰ ਕਹਾਂਗਾ ਕਿ ਪਲੀਜ਼ ਜਿਸ ਵੇਲੇ ਵੀ ਕਿਸੇ ਡਾਕਟਰ ਨੂੰ ਕੰਸਲਟ ਕਰਦੇ ਹੋ ਤੇ ਸਹੀ ਗੱਲ ਜਿਹੜੀ ਹੈ ਉਹਨੂੰ ਦੱਸੋ ਉਹਨੂੰ ਪੂਰੀਆਂ ਲਾਮਤ ਦੱਸੋ ਕਿ ਜੀ ਇਹ ਇਹ ਵਿੱਚ ਮੇਰੇ ਮਰੀ ਮੱਝ ਦੇ ਵਿੱਚ ਇਹ ਜਿਹੜਾ ਇਹ ਨਕਸ਼ੇ ਅਗਰ ਕਹੋ ਇੱਕ ਵਾਰੀ ਕਹੋ ਕਿ ਨਹੀਂ ਮੂੰਹ ਛੜੀ ਬਣ ਰਹੀ ਏ ਨਾਲ ਜਿਸ ਪੂਰਾ ਤੁਹਾਨੂੰ ਪੂਰਾ ਦਿਸਲੇ ਗਿਆ ਦੱਸ ਦਿੱਤਾ ਜਾਏ ਕਿ ਜੀ ਇਹ ਕਰੋ ਦੇਖੋ ਡਾਕਟਰ ਤੇ ਬੜਾ ਦੂਰੋਂ ਬੈਠੇ ਆ ਤੁਹਾਨੂੰ ਅਗਰ ਫ੍ਰੀ ਪਿਆ ਦੇ ਰਿਹਾ ਸਰਵਿਸ ਤੇ ਦਾਇ ਮਤਲਬੇ ਕਿ ਉਹਦੇ ਫ੍ਰੀ ਵਿੱਚ ਕੋਈ ਖਲੂਸ ਹੈ ਜਿਹਦੀ وجہ ਨਾਲ ਉਹ ਤੁਹਾਡਾ ਕਰ ਰਿਹਾ ਖੁਦਾ ਦਾ ਨਾਮ ਜੇ ਆਈਂਦਾ ਸਹੀ ਜਿਸ ਵਕਤ ਵੀ ਮੈਨੂੰ ਫੋਨ ਕਾਲ ਕਰੋ ਜਾਂ ਕੋਈ ਵੀ ਕਰੇ ਸਾਰੇ ਜਿੰਨੇ ਮੇਰੇ ਪ੍ਰੋਗਰਾਮ ਦੇਖ ਰਹੇ ਨੇ ਇੱਕ ਤਾਂ ਮੈਨੂੰ ਵਾਇਸ ਮੈਸੇਜ ਕਰਨ ਦੂਸਰਾ ਇਹ ਕਿ ਵਾਇਸ ਮੈਸੇਜ ਤੋਂ ਪਹਿਲਾਂ 100 ਵਾਰੀ ਸੋਚ ਲਓ ਕਿ ਕੀ ਵਹੀ ਸਹੀ ਬਿਮਾਰੀ ਦਾ ਇਲਾਜ ਕਰਵਾਣਾ ਹੈ ਤਾਂ ਸਹੀ ਜਿਹੜੀ ਉਹ ਲਾਮਾਤ ਦਸੀਆਂ ਜਾਣ ਤਾਂ ਕਿ ਉਹਨਾਂ ਦਾ ਸਹੀ ਤੁਹਾਨੂੰ ਬੜ ਵਕਤ ਇਲਾਜ ਉਹ ਤੁਹਾਨੂੰ ਮਿਲ ਜਾਏ ਫਿਰ ਉਹ ਕਰੋਗੇ ਅੱਲਾ ਦੇ ਫਜ਼ਲੁ ਕਰਮ ਨਾਲ ਅੱਲਾ ਦੇ ਫਜ਼ਲੁ ਕਰਮ ਨਾਲ ਬਿਲਕੁਲ ਠੀਕ ਹੋ ਜਾਣ ਗਿਆ ਮੱਜਾ ਮੈਂ ਬੇਸ ਸਾਬੀਆਂ ਹਿੰਦੁਸਤਾਨ ਵਾਲੇ ਸੁਣ ਰਹੇ ਨੇ ਪਲੀਜ਼ ਤੁਹਾਨੂੰ ਸਾਰੇ ਹਿੰਦੁਸਤਾਨ ਵਾਲਿਆਂ ਨੂੰ ਉਹ ਖਾਸ ਤੌਰ ਤੇ ਜਿਹੜੇ ਸਿੱਖ ਬਰਾਦਰਾਂ ਨੇ ਮੇਰੇ ਭਾਈ ਨੇ ਜਾਂ ਭੈਣਾਂ ਨੇ ਉਹ ਉਹ ਜ਼ਹਿਨ ਨਸ਼ੀਨ ਕਰ ਲੈਣ ਅਸੀਂ ਜ਼ਹਿਨ ਨਸ਼ੀਨ ਉਰਦੂ ਚ ਕਹਿੰਦੇ ਆ ਇਹਦਾ ਇਹ ਇੱਕ ਦਿਮਾਗ ਚ ਪਾ ਲੈਣ ਕਿ ਸਹੀ ਗੱਲ ਦੱਸਣੀ ਹੈ ਕੋਈ ਅੱਧਰ ਉੱਧਰ ਦੀਆਂ ਨਹੀਂ ਮਾਰਨੀ ਆ ਨਹੀਂ ਤੇ ਮੈਂ ਤੁਹਾਨੂੰ ਪਤਾ ਹੈ ਜੱਟ ਦਾ ਪੁੱਤ ਨਾ ਥੋੜਾ ਜਿਆਦਾ ਤਪ ਵੀ ਜਾਂਦਾ ਜਿਸ ਵੇਲੇ ਮਨ ਨੂੰ ਕੋਈ ਗਲਤ ਕਿਸਮ ਦੀ ਕੋਈ ਦਸੇ ਕਿ ਜੀ ਐ ਤੇ ਉਹ ਦਸੇ ਨਾ ਸਹੀ ਸਹੀ ਦਸੋਗੇ ਤੁਹਾਨੂੰ ਉਸੇ ਵੇਲੇ ਸਹੀ ਉਹਦਾ ਮਿਲੇਗਾ ਜਿਹੜਾ ਨਸਖਾ ਬਹਰਾਲ ਦੁਆ ਕਰਨਾ ਅੱਲਾਹ ਤਾਲਾ ਤੁਹਾਡੀਆਂ ਮੱਝਾਂ ਗਾਵਾਂ ਸਾਰੀਆਂ ਸਹੀ ਸਲਾਮਤ ਰਹਿਣ ਔਰ ਦੁਆਵਾਂ ਦੀ ਯਾਦ ਰੱਖਿਆ ਜੇ ਫੀਮ ਅੱਲਾਹ ਅੱਲਾ ਹਫੀਜ਼ੀ ਅੱਲਾਹੁ ਅਕ